ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿ ਨਿਰਮਲ ਕਰਨੀ ਸਾਧ ਸੰਗਤ ਕੈ ਅੰچل ਲਾਵੋ ਬੇਖਮ ਨਦੀ ਜਾਇ ਤਰਨੀ ਸਤਨਾਮ ਸ਼੍ਰੀ ਵਾਖੀ ਗੁਰੂ ਸਾਹਿਬ ਜੀ ਆਸਾ ਮੰਗਲਾ ਪਹਿਲਾ ਛੈ ਕਰ ਛੈ ਗੁਰ ਛੈ ਉਪਦੇਸ਼ ਗੁਰ ਗੁਰ ਏਕੋ ਵੇਸਾਨੀਕ ਛੈ ਕਰ ਛੈ ਗੁਰ ਛੈ ਉਪਦੇਸ਼ ਗੁਰ ਗੁਰੇ ਏਕੋ ਵਿਸ ਅਨੇਕ ਜੈ ਕਰ ਕਰਤੇ ਕੀਰਤ ਹੋਈ ਸੋ ਕਰ ਰਾਖ ਵਡਾਈ ਤੋ ਇਹ ਰਹਾ ਵਿਸੇ ਚਸਿੰਗਾ ਘੜੀਆਂ ਪਹਰਾ ਥਿਤੇ ਵਾਰੀ ਮਹਾ प्या सूरज एक रोतनिक नानक करते के वेस सूरज एको रोतनिक नानक करते के ਕਿਤੇ ਵੇਸ ਵਾਖੇ ਗੁਰੂ ਜੀ ਦਾ ਖਾਲਸਾ ਵਾਖੇ ਗੁਰੂ ਜੀ ਕੀ ਫਤਿਹ ਪਰਮ ਸਨਮਾਨ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਨੀਮਾਨੀਆਂ ਦੇ ਮਾਨ ਸਤ ਗੁਰੂ ਨੇਤਾਣੀਆਂ ਦੇ ਤਾਨ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਪਵਿੱਤਰ ਮੁਬਾਰਕ ਗੋਦ ਦੇ ਅੰਦਰ ਸੁਭਾਈ ਮਾਨ ਗੁਰੂ ਸਵਾਰੇ ਸਤਸੰਗੀ ਜਨੋ ਸਤਕੁਰਾਂ ਜੀ ਨੇ અપਾਰ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਨੇ ਜਿਨ੍ਹਾਂ ਦੇ ਸਦਕਾ ਸੀ ਅੰਮ੍ਰਿਤ ਵੇਲੇ ਤੋਂ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਬਾਰਕ ਗੋਦ ਦੇ ਅੰਦਰ ਜੁੜ ਕੇ ਇਸ ਮਨੁੱਖਾ ਜਨਮ ਦੀ ਭਰਪੂਰ ਲਾਖੇ ਖਟ ਦੇ ਪਏ ਹਾਂ ਆਓ ਗੁਰੂ ਸਵਾਰਿਓ RAMDAS ਸਰੂ ਵਰਨਾਤੇ ਸਬ ਉਤਰੇ ਪਾਪ ਕਮਾਤੇ ਸਹਿਬ ਸੱਚੇ ਪਾਤਸ਼ਾਹ ਜੀ ਆਪਣੇ ਅੰਮ੍ਰਿਤਮਈ ਬਾਣੀ ਦੇ ਅੰਦਰ ਪਰਮੇਸ਼ਵਰ ਦੇ ਘਰ ਦੀ ਸਿਫਤੋ ਸਲਾਹ ਕਰਦੀਆਂ ਹੋਇਆਂ ਰਹਿਮਤ ਕਰਦੇ ਨੇ ਕਿ ਜੋ ਮਹਾਨ ਪੁਰਖ ਪਰਮੇਸ਼ਵਰ ਦੇ ਪਿਆਰਿਆਂ ਦੀ ਸੰਗਤ ਦਾ ਆਨੰਦ ਤੇ ਰਸ ਮਾਣਦੇ ਨੇ ਉਹਨਾਂ ਦੀ ਜ਼ਿੰਦਗੀ ਦੀ ਘੜਤ ਐਡੇ ਸੋਹਣੇ ਸੁਚੇਜੇ ਢੰਗ ਦੇ ਨਾਲ ਕੀਤੀ ਜਾਂਦੀ ਹੈ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਪਾਪ ਸ਼ਬਦ ਹੈ ਇਹ ਖਤਮ ਹੋ ਜਾਂਦਾ ਹੈ ਉਸ ਥਾਂ ਦੇ ਉੱਤੇ ਮਨੁੱਖ ਦੀ ਬਿਰਤੀ ਮਨੁੱਖ ਦਾ ਆਚਰਣ ਇਤਨੇ ਪਵਿੱਤਰ ਹੋ ਜਾਂਦੇ ਨੇ ਮਹਾਰਾਜ ਕਹਿੰਦੇ ਨੇ ਇਹ ਸਾਰੀ ਕਿਰਪਾ ਰਹਿਮਤ ਪਰਮੇਸ਼ਵਰ ਦੇ ਪਿਆਰਿਆਂ ਦੀ ਸਤਸੰਗਤ ਦੀ ਵਡਿਆਈ ਹੈ ਜੀਤੇ ਅੰਦਰ ਬੈਠ ਕੇ ਮਨੁੱਖ ਆਪਣੇ ਅੰਦਰ ਦਾ ਇਸ਼ਨਾਨ ਕਰਦਾ ਹੈ ਜਿਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਅੰਤਰਗਤ ਤੀਰਥ ਮਲ ਨਾਓ ਇੱਕ ਅੰਦਰ ਵੀ ਤੀਰਥ ਹੈ ਉਸ ਤੀਰਥ ਦੇ ਅੰਦਰ ਇਸ਼ਨਾਨ ਕਰਕੇ ਮਨੁੱਖ ਦੇ ਅੰਦਰ ਦੀ ਮੈਲ ਉਤਰ ਜਾਂਦੀ ਹੈ ਆਓ ਗੁਰਸਵਾਰਿਓ ਸਾਹਿਬ ਜੀ ਦੇ ਘਰ ਦੀ ਅੰਮ੍ਰਿਤਮਈ ਪਵਿੱਤਰ ਬਾਣੀ ਦੀ ਲੜੀਬਾਰ ਗੁਰ ਸ਼ਬਦ ਵਿਚਾਰ ਅਰਮ ਕਰਨ ਤੋਂ ਪਹਿਲਾਂ ਆਪੋ ਆਪਣੀਆਂ ਮਨੋਬਿਰਤੀਆਂ ਕਰੀਏ ਇਕਾਗਰ ਤਾਂ ਜੋ ਸਾਡਾ ਇੱਥੇ ਆਇਆ ਪ੍ਰਮਾਣ ਹੋ ਸਕੇ ਜਿਨਨੇ ਗੁਰਮੁਖ ਪਿਆਰੇ ਸਹਿਬਜੀ ਦੀ ਪਵਿੱਤਰ ਮੁਬਾਰਕ ਗੋਦ ਦੇ ਅੰਦਰ ਜੁੜ ਬੈਠੇ ਹਾਂ ਕੋਈ ਵੀ ਰਸਨਾ ਵਾਂਜੀ ਨਾ ਰਵੇ ਇਹੀਂ ਖਾਟ ਚਲੋ ਹਰਲਾਹਾ ਅਗੇ ਬਸੰਸ ਸੁਖੇਲਾ ਕਰੋ ਰਸਨਾ ਪਵਿੱਤਰ ਦੋਨੇ ਹੱਥ ਜੋੜ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਅੱਜ ਦੇ ਅੰਮ੍ਰਿਤਮਈ ਬਾਣੀ ਦੇ ਅੰਦਰ ਸ਼ਬਦ ਦੇ ਵਿੱਚ ਜਿਸ ਸ਼ਬਦ ਨੂੰ ਅਸੀਂ 16 ਸਬ ਬਾਣੀ ਦੇ ਅੰਦਰ ਪੜਦੇ ਹਾਂ ਇਹ 16 ਸਬ ਬਾਣੀ ਦਾ ਦੂਜਾ ਸ਼ਬਦ ਹੈ ਜਿਸ ਸ਼ਬਦ ਦੇ ਅੰਦਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਸ ਪਰਮਾਤਮਾ ਦੀ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ ਜੋ ਵਹਿਗੁਰੂ ਕਾਲ ਪੁਰਖ ਜੀ ਨੇ ਇਹ ਮਾਇਆ ਪੈਦਾ ਕੀਤੀ ਹੈ ਉਸ ਮਾਇਆ ਨੂੰ ਮੇਰੇ ਮਾਲਕ ਜੀ ਨੇ ਅਨੇਕਾਂ ਰੂਪਾਂ ਰੰਗਾਂ ਦੇ ਵਿੱਚ ਬਿਆਨ ਕੀਤਾ ਇਸ ਸ਼ਬਦ ਦੇ ਅੰਦਰ ਮੇਰੇ ਸੱਚੇ ਸਤਿਗੁਰ ਜੀ ਰਹਿਮਤ ਕਰਦੇ ਨੇ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੋ ਵਾਰ ਅੰਕਿਤ ਕੀਤਾ ਗਿਆ ਹੈ ਪਹਿਲਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਬਾਣੀ ਦੀ ਅਰੰਭਤਾ ਕਰਦੇ ਹ ਜਪਜੀ ਸਾਹਿਬ ਬਾਣੀ ਤੋਂ ਬਾਅਦ ਸੋਧਰ ਦੀ ਬਾਣੀ ਆਉਂਦੀ ਹੈ ਸੋਧਰ ਬਾਣੀ ਤੋਂ ਬਾਅਦ ਇਹ ਅੰਮ੍ਰਿਤ ਮਈ ਬਾਣੀ ਦੀ ਅਰੰਭਤਾ ਹੁੰਦੀ ਹੈ ਤੇ ਇੱਕ ਮੈਂ ਬੇਨਤੀ ਕਰਦਿਆਂ ਕਿ ਗੁਰੂ ਦੀ ਬਾਣੀ ਦੀ ਬਾਬਤ ਜਦੋਂ ਅਸੀਂ ਸ਼ਬਦ ਵਰਤਦੇ ਆ ਅਸੀਂ ਅਣਜਾਨਪੁਣੇ ਦੇ ਅੰਦਰ ਅਕਸਰ ਇਹ ਸ਼ਬਦ ਵਰਤ ਜਾਂਦੇ ਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਭੋਗ ਪਾਉਣਾ ਹੈ ਭੋਗ ਨਹੀਂ ਹੁੰਦਾ ਭੋਗ ਦੇ ਅਰਥ ਹੂਰ ਨੇ ਇੱਥੇ ਗੁਰਬਾਣੀ ਦੀ ਸੰਪੂਰਨਤਾ ਹੈ ਗੁਰਬਾਣੀ ਦੀ ਸਮਾਪਤੀ ਹੈ ਜਿਵੇਂ ਗੁਰਬਾਣੀ ਦੀ ਆਰੰਭਤਾ ਹੈ ਇਦਾਂ ਹੀ ਗੁਰਬਾਣੀ ਦੀ ਸਮਾਪਤੀ ਹੈ ਮੇਰੇ ਸੱਚੇ ਸਤਗੁਰੂ ਗੁਰੂਦੇਵ ਪਾਤਸ਼ਾਹ ਜੀ ਇਹ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੋ ਵਾਰ ਅੰਕਿਤ ਕਰਦੇ ਨੇ ਤੇ ਹਜ਼ੂਰ ਗੁਰਦੇਵ ਮਹਾਰਾਜ ਜੀ ਇਸ ਸ਼ਬਦ ਦੇ ਅੰਦਰ ਉਸ ਵਹਿਗੁਰੂ ਜੀ ਦੇ ਅਨੇਕਾਂ ਰੂਪਾਂ ਨੂੰ ਵਰਣਨ ਕਰਦੇ ਨੇ ਕਿ ਉਸ ਵਹਿਗੁਰੂ ਜੀ ਦੇ ਅਨੇਕਾਂ ਹੀ ਰੂਪ ਨੇ ਤੇ ਉਹ ਆਪ ਇਨ੍ਹਾਂ ਅਨੇਕਾਂ ਰੂਪਾਂ ਦੇ ਵਿੱਚ ਪਰਮੇਸ਼ਵਰ ਵਸਿਆ ਹੋਇਆ ਹੈ ਤੇ ਉਸ ਵਹਿਗੁਰੂ ਅਕਾਲ ਪੁਰਖ ਜੀ ਨੇ ਇਹ ਸੰਸਾਰ ਨੂੰ ਚਲਾਉਣ ਦੇ ਲਈ ਅਦ੍ਰਿਸ਼ਟ ਤੋਂ ਦ੍ਰਿਸ਼ਟਮਾਨ ਜੋਤ ਧਰ ਦਿੱਤੀ ਹੈ ਕਿਉਂਕਿ ਅਦ੍ਰਿਸ਼ਟ ਤਾਕਤ ਗੁਸਤਾਖੀ ਦੀ ਮਾਫੀ ਕੁਝ ਨਹੀਂ ਕਰ ਸਕਦੀ ਪਰ ਜਦੋਂ ਅਦ੍ਰਿਸ਼ਟ ਤੋਂ ਦ੍ਰਿਸ਼ਟ ਦੇ ਵੱਲ ਚਲੀਏ ਤੇ ਇਸ ਦ੍ਰਿਸ਼ਟੀ ਦੇ ਅੰਦਰ ਸਾਰਾ ਸੰਸਾਰ ਪਰਮੇਸ਼ਵਰ ਨੇ ਸਾਜ ਦਿੱਤਾ ਤੇ ਇਸ ਸਾਜਣ ਦੇ ਅੰਦਰ ਮੇਰੇ ਮਾਲਕ ਜੀ ਨੇ ਕਿਸੇ ਦੀ ਮਦਦ ਨਹੀਂ ਲਈ ਸਨਾਤਨੀ ਮਤ ਕਹਿੰਦੀ ਹੈ ਕਿ ਜਦੋਂ ਪ੍ਰਮਾਤਮਾ ਨੇ ਸ੍ਰਿਸ਼ਟੀ ਨੂੰ ਸਾਜਿਆ ਇਸ ਸ੍ਰਿਸ਼ਟੀ ਨੂੰ ਬਣਾਇਆ ਤੇ ਵਿਸ਼ਕਰਮਾ ਜੀ ਦੀ ਮਦਦ ਲਈ ਗਈ ਪਰ ਸਹਿਪ ਦੀ ਬਾਣੀ ਸਹਿਜੇ ਇਸ ਖੰਡ ਨੂੰ ਵਾਹਿਗੁਰੂ ਜੀ ਸਬਦ ਦਾ ਖੰਡਨ ਕਰਦੀਆਂ ਹੋਆ ਮੇਰੇ ਮਾਲਕ ਜੀ ਕਹਿੰਦੇ ਨੇ ਆਪ ਹੀ ਨੇ ਆਪ ਸਜਿਓ ਆਪ ਹੀ ਨੇ ਰਚਿਓ ਨਾਉ ਇਸ ਧਰਤੀ ਦੀ ਪਰਮਾਤਮਾ ਦੀ ਕਿਸੇ ਨੇ ਉਤਪਤੀ ਨਹੀਂ ਕੀਤੀ ਸਹਿਬ ਜੀ ਦੀ ਬਾਣੀ ਕਹਿੰਦੀ ਹੈ ਥਾਪਿਆ ਨਾ ਜਾਏ ਕੀਤਾ ਨਾ ਕੋਇ ਉਹ ਪਰਮੇਸ਼ਰ ਜਿਹਨੂੰ ਗੁਰਬਾਣੀ ਕਹਿੰਦੀ ਹੈ ਤੂੰ ਸਾਂਝਾ ਸਾਹਿਬ ਬਾਪ ਹਮਾਰਾ हे मेरे वाहे गुरु हे मेरे अकाल पुरख सच्चे बादशाह जीओ ਤੁਸੀਂ ਸਾਰਿਆਂ ਦੇ ਹੀ ਸਾਂਝੇ ਬਾਪ ਇਥੇ ਭਗਤ ਜੀ ਨੇ ਤੇ ਇਥੋਂ ਤੱਕ ਕਹਿ ਦਿੱਤਾ ਕਿ ਇਹ ਕੋਈ ਪਰਮਾਤਮਾ ਦੀ ਬੰਦਗੀ ਦਾ ਮਸਲਾ ਕੋਈ ਇਹ ਨਹੀਂ ਹੈ ਕਿ ਕੋਈ ਜੱਦੀ ਜਾਇਦਾਦ ਹੈ ਕਿ ਜੇ ਤੁਸੀਂ ਪੂਜਦੇ ਆ ਰਹੇ ਹੋ ਤੇ ਰੱਬ ਦੀ ਪੂਜਾ ਤੁਸੀਂ ਕਰ ਸਕਦੇ ਹੋਰ ਕੋਈ ਕਰ ਨਹੀਂ ਸਕਦਾ ਉੱਥੇ ਭਗਤ ਰਵਿਦਾਸ ਜੀ ਨੇ ਆਪਾ ਭਾਵ ਪ੍ਰਗਟ ਕਰਦਿਆਂ ਹੋਇਆਂ ਬਿਆਨ ਕੀਤਾ ਉਹ ਫਰਮਾਉਂਦੇ ਨੇ ਆਪਨ ਬਾਪੇ ਨਹੀਂ ਕਿਸੇ ਕੋ ਭਾਵਨ ਕੋ ਘਰ ਰਾਜਾ ਕਿ ਤੁਸੀਂ ਜੋਰ ਲਾ ਲਾ ਕੇ ਯਤਨ ਕਰ ਕਰਕੇ ਇਹ ਦੱਸਦੇ ਪਇਓ ਕਿ ਰੱਬ ਸਾਡਾ ਏ ਪ੍ਰਮਾਤਮਾ ਸਾਡਾ ਏ ਪਰ ਭਗਤ ਜੀ ਕਹਿੰਦੇ ਨੇ ਕਿ ਭਾਈ ਇਹ ਤੇ ਤੁਹਾਡੇ ਵੱਲੋਂ ਹੀ ਯਤਨ ਨੇ ਨਾ ਇਹ ਪਰਮੇਸ਼ਰ ਪ੍ਰਮਾਤਮਾ ਹੀ ਜਾਣਦਾ ਹੈ ਜਿਹਦੇ ਉੱਤੇ ਮੇਰੇ ਮਾਲਕ ਕਿਰਪਾ ਰਹਿਮਤ ਕਰ ਦੇ ਜਨ ਜਿਸ ਦੀ ਸ਼ੋਭਾ ਜਿਸ ਦਾ ਗਾਇਆ ਹੋਇਆ ਪ੍ਰਮਾਤਮਾ ਨੂੰ ਪਾ ਜਾਵੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ ਯਾਦ ਰੱਖ ਰਵੇ ਗੁਰਬਾਣੀ ਦਾ ਅੰਮ੍ਰਿਤਮੀ ਬਾਣੀ ਦਾ ਇੱਕ ਕੇਂਦਰੀ ਭਾਵ ਹੈ ਕਿ ਉਸ ਪ੍ਰਮਾਤਮਾ ਨੇ ਅਨੇਕਾ ਰੂਪਾਂ ਰੰਗਾਂ ਦੇ ਵਿੱਚ ਇਹ ਕੁਦਰਤ ਨੂੰ ਸਾਜਿਆ ਉਦੇ ਅਨੇਕਾਂ ਹੀ ਵੇਸ ਨੇ ਉਸ ਵੇਸ ਦੀ ਆਪਾਂ ਇਹ ਵਿਚਾਰ ਕਰਨੀ ਹੈ ਸਾਹਿਬ ਗੁਰੂਦੇਵ ਮਹਾਰਾਜ ਜੀ ਭਗਤ ਜੀ ਕਹਿ ਰਹੇ ਨੇ ਕਿ ਪਰਮਾਤਮਾ ਕੋਈ ਕੇਵਲ ਆਪ ਜੀ ਦੀ ਜਾਗੀਰ ਨਹੀਂ ਹੈ ਜਿਹਦੇ ਉਤੇ ਕੇਵਲ ਆਪ ਜੀ ਦਾ ਅਧਿਕਾਰ ਹੋਵੇ ਉਹਨਾਂ ਨੇ ਇਸ ਚੀਜ਼ ਦਾ ਖੰਡਨ ਕਰਦਿਆਂ ਹੋਇਆਂ ਬਿਆਨ ਕੀਤਾ ਕਿ ਪਰਮਾਤਮਾ ਪਰਮੇਸ਼ਰ ਵਹਿਗੁਰੂ ਅਕਾਲ ਪੁਰਖ ਜੀ ਇਹ ਜਿਨ੍ਹਾਂ ਨੂੰ ਪਰਮਾਤਮਾ ਆਪਣੀ ਮਿਹਰ ਦੀ ਨਜ਼ਰ ਦੇ ਨਾਲ ਨਿਵਾਜ ਦਿੰਦਾ ਏ ਬਸ ਪਰਮਾਤਮਾ ਵਾਹਿਗੁਰੂ ਜੀ ਉਹਨਾਂ ਦੇ ਹਿਰਦੇ ਦੇ ਵਿੱਚ ਵਸ ਜਾਂਦੇ ਗੁਰੂ ਨਾਨਕ ਸਾਹਿਬ ਜੀ ਆਖਦੇ ਨੇ ਸੋਦਰ ਤੇਰਾ ਕਿਹਾ ਸੋ ਕਰਕੇ ਹਾਜਤ ਮੈਂ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੀਤੇ ਤੇਰੇ ਵਾਹਣ ਹਾਰੇ ਇਹ ਸ਼ਬਦ ਵੀ ਗੁਰਬਾਣੀ ਦੇ ਅੰਦਰ ਸਾਹਿਬ ਗੁਰਦੇਵ ਮਹਾਰਾਜ ਜੀ ਨੇ ਦੋ ਵਾਰ ਅੰਕਤ ਕੀਤਾ ਤੇ ਇਸ ਸ਼ਬਦ ਦੇ ਅੰਦਰ ਵੀ ਮੇਰੇ ਮਾਲਕ ਜੀ ਨੇ ਭੇਦ ਪਾ ਦਿੱਤਾ ਸ਼ਬਦਾਂ ਦਾ ਉਸ ਭੇਦ ਦੇ ਨਾਲ ਉਚਾਰਨ ਕੀਤੇ ਭੇਦ ਦੇ ਅਰਥ ਹੁੰਦੇ ਨੇ ਫਰਕ ਕਿ ਫਰਕ ਪਾ ਦਿੱਤਾ ਤੇ ਸਾਹਿਬ ਗੁਰਦੇਵ ਪਾਤਸ਼ਾਹ ਜੀ ਦੀ ਬਾਣੀ ਨੇ ਉਚਾਰਨ ਕਰਕੇ ਸਾਨੂੰ ਸਮਝਾਇਆ ਕਿ ਮਹਾਰਾਜ अनेकाਹੀਂ ਜੀਆ ਜੰਤ ਇਹ ਸਾਰੀ ਵਣਸ਼ਪਤੀ ਕਿਸੇ ਨਾ ਕਿਸੇ ਰੂਪ ਦੇ ਅੰਦਰ ਤੁਹਾਨੂੰ ਤਿਆਰੀ ਹੈ ਪਰ ਹਜ਼ੂਰ ਕਹਿੰਦੇ ਨੇ ਧਿਆ ਸਾਰੇ ਰਹੇ ਨੇ ਪਰ ਉਹਨਾਂ ਦਾ ਧਿਆਇਆ ਪਰਵਾਣ ਹੈ ਕਿੰਨਾ ਦਾ ਜੋ ਮੇਰੇ ਮਾਲਕ ਜੀ ਦੇ ਮਨ ਅੰਦਰ ਵਸ ਗਏ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਾਰੇ ਧਿਆਰੇ ਨੇ ਬ੍ਰਹਮਾ ਵਿਸ਼ਨੂੰ ਮਕੇਸ਼ ਇੰਦਰ ਸਭ ਸਭ ਤੈਨੂੰ ਤਿਆਰੀ ਨੇ ਗਿਣਤੀ ਗਣੀ ਨਾ ਜਾਏ ਤੇਰੇ ਦਰ ਪਰੇ ਤੇਰੇ ਦਰ ਪੇ ਹਾਂ ਦੀ ਗਿਣਤੀ ਨਹੀਂ ਗਣੀ ਜਾ ਸਕਦੀ ਸਤਿਗੁਰੂ ਜੀ ਆਖਦੇ ਨੇ ਸ਼ਿਵ ਤੈਨੂੰ ਗਾਰੇ ਆਏ ਬ੍ਰਹਮਾ ਤੈਨੂੰ ਗਾਰੇ ਆਏ ਵਿਸ਼ਨੂੰ ਤੈਨੂੰ ਗਾਰੇ ਆਏ ਇੰਦਰ ਇੰਦਰਾਸਨ ਨੇ ਇੰਦਰ ਤੈਨੂੰ ਗਾਰੇ ਆ ਸਾਰੇ ਦੇਵਤਿਆਂ ਦੇ ਸਮੇਤ ਪਰ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਤੁਹਾਨੂੰ ਕਿੰਨੇ ਕੁ ਲੋਕ ਗਾਰੇ ਨੇ ਦੱਸਿਆ ਨਹੀਂ ਜਾ ਸਕਦਾ ਹੋਰ ਕਿਤੇ ਤੂੰ ਨੂੰ ਗਾਵਣ ਸੇ ਮੈਂ ਚਿਤਨਾ ਆਵਣ ਗੁਰੂ ਨਾਨਕ ਸਾਹਿਬ ਜੀ ਬਾਬਾ ਨਾਨਕ ਜੀ ਫਰਮਾਉਂਦੇ ਨੇ ਕਿ ਹੇ ਮੇਰੇ ਅਕਾਲ ਪੁਰਖ ਜੀ ਜੇ ਮੈਂ 2 4 ਨਾਂ ਗਿਣਾ ਦਿੱਤੇ ਨੇ ਤੇ ਇਹਦਾ ਮਤਲਬ ਇਹ ਨਹੀਂ ਕਿ ਤੇਰੀ ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਦਾ ਮੈਂ ਅੰਤ ਪਾ ਲਿਆ ਏ ਅੰਤ ਨਹੀਂ ਪਾਇਆ ਹਜ਼ੂਰ ਕਹਿੰਦੇ ਨੇ ਹੋਰ ਕਿਤੇ ਤੁਦ ਨੂੰ ਗਾਵਣ ਸੇ ਮੈਂ ਚਿਤ ਨਾਵਣ ਨਾਨਕਿਆ ਵਿਚਾਰੇ ਹੋਰ ਕਿੰਨੇ ਹੀ ਤਿੰਨ ਗਾਰੇ ਨੇ ਜਿਨ੍ਹਾਂ ਦਾ ਵਿਚਾਰ ਵੀ ਮੇਰੇ ਮਨ ਅੰਦਰ ਨਹੀਂ ਹੈ ਜੋ ਮੈਂ ਬਿਆਨ ਵੀ ਨਹੀਂ ਕੀਤਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਖਦੇ ਨੇ ਪਰ ਭਗਤੀ ਕਿੰਨਾਂ ਦੀ ਪ੍ਰਵਾਨ ਪੈਂਦੀ ਹੈ ਰਤੇ ਤੇਰੇ ਭਗਤ ਰਸਾਲੇ ਜਿਹੜੇ ਤੇਰੇ ਭਗਤੀ ਦੇ ਵਿੱਚ ਰਤੇ ਗਏ ਨੇ ਜਿਹੜੇ ਤੇਰੇ ਅੰਦਰ ਸਮਾ ਗਏ ਨੇ ਮਹਾਰਾਜ ਕਹਿੰਦੇ ਨੇ ਉਹਨਾਂ ਦੀ ਭਗਤੀ ਜਿਹੜੀ ਆ ਤੈਨੂੰ ਪਾ ਜਾਂਦੀ ਹੈ ਕਿੰਨਾਂ ਦੀ ਭਗਤੀ ਪਉਂਦੀ ਹੈ ਜਿਹੜੇ ਅੰਦਰੋਂ ਬਾਹਰੋਂ ਨੇ ਕਪਟ ਹੋ ਜਾ ਜਿਨ੍ਹਾਂ ਦੇ ਅੰਦਰ ਕਪਟ ਖਤਮ ਹੋ ਜਾਵੇ ਮਰ ਜਾਵੇ ਬਾਬਾ ਨਾਨਕ ਜੀ ਕਹਿੰਦੇ ਨੇ ਖਸਮ ਕੀ ਨਜ਼ਰੀਂ ਦਿਲੈ ਪਸੰਦ ਪਸੰਦੇ ਜਿਨ ਕਰ ਏਕ ਤੇ ਆਇਆ ਉਹ ਮਾਲਕ ਦੇ ਦਿਲਾਂ ਦੇ ਅੰਦਰ ਵਸ ਗਏ ਮਾਲਕ ਉਹਨਾਂ ਦੇ ਉੱਤੇ ਮਿਹਰਬਾਨ ਹੋ ਗਿਆ ਜਿਨ੍ਹਾਂ ਨੇ ਇੱਕ ਪਰਮੇਸ਼ਵਰ ਪਰਮਾਤਮਾ ਨੂੰ ਤੇ ਆਇਆ ਜਿਨ੍ਹਾਂ ਨੇ ਇੱਕ ਦੇ ਉੱਤੇ ਓਟ ਆਸਰਾ ਰੱਖਿਆ ਇੱਕ ਦੇ ਉੱਤੇ ਭਰੋਸਾ ਰੱਖਿਆ ਤੇ ਇੱਕ ਦੇ ਉੱਤੇ ਕਦੀ ਚਿਤ ਢੁਲਾਇਆ ਨਹੀਂ ਮਹਾਰਜ ਕਹਿੰਦੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਮੇਰਾ ਮਾਲਕ ਵਸ ਗਿਆ ਨਦਰ ਰਹਿਮਤ ਹੀ ਉਹਨਾਂ ਦੇ ਉੱਤੇ ਹੁੰਦੀ ਹੈ ਗੈ ਗੁਰੂ ਅਰਗੁਨ ਦੇ ਮਹਾਰਾਜ ਜੀ ਦੇ ਜੀਵਨ ਦੀ ਘਟਨਾ ਫਿਰ ਮੈਂ ਬੇਨਤੀ ਕਰ ਰਹੀ ਹਾਂ ਵਿਸ਼ੇ ਦੇ ਵਿੱਚ ਰਹਿ ਕੇ ਸਾਹਿਬ ਅਨੇਕਾਂ ਰੂਪਾਂ ਰੰਗਾਂ ਦੇ ਵਿੱਚ ਆਪ ਵਰਤ ਰਿਹਾ ਏ ਪਤਾ ਨਹੀਂ ਮੇਰੇ ਸਹਬ ਨੂੰ ਕਿਹੜੀ ਗੱਲ ਕਿਸ ਜੀ ਦੀ ਭਾ ਜਾਣੀ ਹੈ ਇਹ ਪਰਮਾਤਮਾ ਜਾਣਦਾ ਹੈ ਅਸੀਂ ਨਹੀਂ ਦੱਸ ਸਕਦੇ ਕਈ ਵਾਰ ਬੰਦੇ ਦੀ ਕੀਤੀ ਕੋਈ ਬੰਦਗੀ ساری ਉਮਰ ਬਤੀਤ ਹੋ ਜਾਂਦੀ ਹੈ ਪਰ ਮੇਰੇ ਵਾਹਿਗੁਰੂ ਜੀ ਦੇ ਘਰ ਅੰਦਰ ਬੰਦਗੀ ਪਰਵਾਹ ਨਹੀਂ ਹੁੰਦੀ ਤੇ ਕਈ ਵਾਰ ਮਨੁੱਖ ਦੇ ਮੁਖ ਦੇ ਵਿੱਚੋਂ ਸਹਿਜੇ ਨਿਕਲਿਆ ਸ਼ਬਦ ਰਾਮ ਉਸ ਮਨੁੱਖ ਨੂੰ ਜ਼ਿੰਦਗੀ ਬਖਸ਼ ਦਿੰਦਾ ਹੈ ਆਤਮਿਕ ਸੋਝੀ ਬਖਸ਼ ਦਿੰਦਾ ਹੈ ਜੇਸ ਗੱਲ ਦੀ ਉਦਾਹਰਣ ਲੈਣੀ ਹੋਵੇ ਤੇ ਇਸ ਗੱਲ ਦੇ ਉਦਾਹਰਣ ਹੈ ਅਜਾਮਲ ਪਾਪੀ ਜਗ ਜਾਣੇ ਨਿਮਕ ਮਾਹੇ ਨਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤਾਪੀ ਉਤਰ ਸੁਪਾਰਾ ਸਾਹਿਬ ਕਹਿੰਦੇ ਨੇ ਤੂੰ ਉਸ ਪਰਮਾਤਮਾ ਨੂੰ ਚੇਤਾ ਕਰ ਉਸ ਪਰਮਾਤਮਾ ਦੇ ਵਿੱਚ ਬੜੀ ਵਡਿਆਈ ਹੈ ਕਈ ਸਾਰੀ ਜ਼ਿੰਦਗੀ ਉਸ ਪਰਮਾਤਮਾ ਨੂੰ ਜਪਦੇ ਰਹਿੰਦੇ ਨੇ ਪਰ ਪ੍ਰਵਾਨ ਨਹੀਂ ਪੈਂਦੇ ਪਰ ਕਈ ਇੱਕ ਵਾਰ ਰਸਨਾ ਦੇ ਵਿੱਚ ਆਖਦੇ ਨੇ ਤੇ ਉਹਨਾਂ ਦਾ ਆਖਿਆ ਬਿਰਥਾ ਨਹੀਂ ਜਾਂਦਾ ਉਹ ਵਾਹਿਗੁਰੂ ਦੇ ਘਰ ਅੰਦਰ ਪ੍ਰਵਾਨ ਪੈ ਜਾਂਦੇ ਨੇ ਸੱਚ ਜਾਣਹੁ ਮਲਕ ਭਾਗੋ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਵਾਹਿਗੁਰੂ ਜੀ ਗੁਰਨਾਨਕ ਸਾਹਿਬ ਜੀ ਦੇ ਕੋਲ ਕਦੀ ਬੰਦੇ ਭੇਜਦਾ ਕਹੇ ਕਿ ਮਹਾਰਾਜ ਕਿਰਪਾ ਕਰੋ ਸਾਡੇ ਘਰ ਆ ਕੇ ਲੰਗਰ ਛਕੋ ਤੇ ਮੇਰੇ ਸਾਹਿਬ ਜੀ ਉਸ ਨੂੰ ਜਵਾਬ ਦੇ ਦਿੰਦੇ ਨੇ ਤੇ ਦੂਜੇ ਪਾਸੇ ਭਾਈ ਲਾਲੋ ਉਹਨਾਂ ਦੇ ਘਰ ਦੇ ਕੋਤਰੀ ਰੋਟੀ ਖਾਣ ਦੇ ਲਈ ਵੀ ਮੇਰੇ ਮਾਲਕ ਜੀ ਤਿਆਰ ਨੇ ਆਪਾਂ ਗੱਲ ਕਰ ਰਹੇ ਸੀ ਕਈ ਵਾਰੀ ਮਨੁੱਖ ਦੀਆਂ ਅਰਦਾਸਾਂ ਕਰ-ਕਰ ਕੇ ਬੰਦਾ ਥੱਕ ਜਾਂਦਾ ਕਹ ਤੇ ਪਰਮਾਤਮਾ ਦੇ ਘਰ ਅੰਦਰ ਅਰਦਾਸ ਪ੍ਰਵਾਨ ਨਹੀਂ ਹੁੰਦੀ ਤੇ ਕਦੀ ਮਨੁੱਖ ਇੱਕੋ ਵਾਰ ਅਰਦਾਸ ਕਰਦਾ ਕਹ ਤੇ ਉਹਦੀ ਅਰਦਾਸ ਦੇ ਅੰਦਰ ਪਰਮਾਤਮਾ ਖੁਦ ਪ੍ਰਗਟ ਹੋ ਜਾਂਦਾ ਆਪਾਂ ਦੋ ਉਦਾਹਰਨਾਂ ਦੋ ਸਾਖੀਆਂ ਇਤਿਹਾਸ ਦੇ ਵਿੱਚੋਂ ਲਵਾਂਗੇ ਪਹਿਲੀ ਸਾਖੀ ਗੁਰੂ ਅਰਗੁਨ ਦੇ ਮਹਾਰਾਜ ਜੀ ਸਾਖੀ ਦੇ ਅਰਥ ਜੋ ਸਿੱਖਿਆ ਲੈ ਕੈ ਗੁਰੂ ਅਰਗੁਨ ਪਾਤਸ਼ਾਹ ਜੀ ਅੱਜ ਸਾਈਂ ਦਾਸ ਜੀ ਦੇ ਘਰ ਢੋਲੀ ਵਿਖੇ ਟਿਕੇ ਕੁਇਨ ਤੇ ਉਸ ਥਾਂ ਦੇ ਉੱਤੇ 30 ਕੋਹ ਦੀ ਦੂਰੀ ਦੇ ਉੱਪਰ ਗੁਰੂ ਅਰਗੁਨ ਪਾਤਸ਼ਾਹ ਜੀ ਦੇ ਬਹੁਤ ਅਨਨ ਪਿਆਰੇ ਸਿੱਖ ਭਾਈ ਸਾਧੂ ਤੇ ਭਾਈ ਰੂਪਾ ਇਹ ਟਿਕੇ ਹੋਏ ਨੇ ਭਾਈ ਸਾਧੂ ਤੇ ਭਾਈ ਰੂਪਾ ਵੱਡੇ ਪਿੰਡ ਰਹਿਣ ਵਾਲੇ ਨੇ ਤੇ ਅੱਜ ਜੇਠ ਦੇ ਮਹੀਨੇ ਦੀ ਤਪ ਦੀ ਗਰਮੀ ਦੋਨੇ ਪਿਓ ਪੁੱਤਰ ਘਰ ਦੇ ਵਿੱਚੋਂ ਲੱਕੜਾਂ ਵੱਢਣ ਦੇ ਲਈ ਜਦੋਂ ਬਾਹਰ ਚੱਲਦੇ ਨੇ ਤੇ ਪਿਤਾ ਕਹਿੰਦੇ ਨੇ ਪੁੱਤਰ ਨੂੰ ਕਿ ਪੁੱਤਰਾ ਗਰਮੀ ਬੜੀ ਐ ਇੰਜ ਕਰ ਇੱਕ ਪਾਣੀ ਦਾ ਕੁਜਾ ਪਰ ਲੈ ਪਾਣੀ ਦਾ ਘੜਾ ਪਰ ਲੈ ਤਾਂ ਜੋ ਰਸਤੇ ਦੇ ਵਿੱਚ ਜੇ ਪਿਆਸ ਕੰਮ ਕਰਦਿਆਂ ਸਤਾਵੇਗੀ ਤੇ ਪੀ ਲਵਾਂਗੇ ਭਾਈ ਰੂਪਾ ਜੀ ਨੇ ਘੜਾ ਲਿਆ ਤੇ ਉਸ ਘੜੇ ਨੂੰ ਜਲ ਨਾਲ ਪਰ ਲਿਆ ਤੇ ਦੋਨੇ ਪਿਓ ਪੁੱਤਰ ਲਗੇ ਜਾਂਦੇ ਨੇ ਹੱਥ ਦੇ ਵਿੱਚ ਕੋਹਾੜਾ ਪਕੜਿਆ ਲੱਕੜਾਂ ਵੱਢਣੀਆਂ ਸ਼ੁਰੂ ਕੀਤੀਆਂ ਤੇ ਉਸ ਘੜੇ ਨੂੰ ਸ਼ਾਂ ਦੇ ਅੰਦਰ ਰੱਖ ਦਿੱਤਾ ਅਤ ਦੀ ਗਰਮ ਹਵਾ ਵਾਗਦੀ ਹੈ ਤੇ ਉਸ ਗਰਮ ਹਵਾ ਦੇ ਨਾਲ ਸਰੀਰ ਦੇ ਵਿੱਚੋਂ ਪਾਣੀ ਦੇ ਵਾਂਗ ਮੁੜਕਾ ਚੂਰਿਆ ਪਸੀਨਾ ਆ ਰਿਹਾ ਕੰਮ ਕਰਦਿਆਂ ਕਰਦਿਆਂ ਥੱਕ ਗਏ ਜਦੋਂ ਥੱਕੇ ਨੇ ਤੇ ਪੁੱਤਰ ਨੇ ਦੇਖਿਆ ਕਿ ਪਿਤਾ ਜੀ ਥੱਕ ਗਏ ਨੇ ਉਹਨਾਂ ਨੇ ਆਖਿਆ ਕਿ ਪਿਤਾ ਜੀ ਬਹਿ ਜਾਓ ਮੈਂ ਤੁਹਾਡੇ ਲਈ ਹੁਣੇ ਜਲ ਲੈ ਕੇ ਆਇਆ ਜਦੋਂ ਜਾਲਨ ਜਿਸ ਘੜੇ ਅੰਦਰ ਪਿਆ ਸੀ ਉਸ ਘੜੇ ਨੂੰ ਹੱਥ ਲਾਇਆ ਤੇ ਜਲ ਇਤਨਾ ਠੰਡਾ ਕਿ ਮਨ ਅੰਦਰ ਇੱਕੋ ਦਮ ਫੁਰਨਾ ਪੁਰਿਆ ਕਿ ਜਲ ਬੜਾ ਸ਼ੀਤਲ ਕੈਂ ਇਹ ਜਲ ਅਸੰਧ ਯੋਗ ਨਗੀ ਇਹ ਜਲ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਯੋਗ ਹੈ ਤੇ ਜੇ ਕਿਰਪਾ ਦੇ ਘਰ ਅੰਦਰ ਆ ਕੇ ਗੁਰੂ ਅਰਗੁਨ ਪਾਤਸ਼ਾਹ ਜੀ ਇਸ ਜਲ ਨੂੰ ਛਕ ਲੈਣ ਤੇ ਸਾਡੇ ਅੰਦਰ ਦੀ ਆਤਮਾ ਤ੍ਰਿਪਤ ਹੋ ਜਾਵੇ। ਪਿਤਾ ਜੀ ਨੂੰ ਆਖਿਆ ਕਿ ਪਿਤਾ ਜੀ ਜਲ ਬਹੁਤ ਠੰਡਾ ਹੈ। ਮਨ ਅੰਦਰ ਇੱਕ ਭਾਵਨਾ ਆਈ ਹੈ ਕਿ ਇਸ ਜਲ ਨੂੰ ਗੁਰੂ ਅਰਗੁਨ ਮਹਾਰਾਜ ਛਕਣ। ਇਹ ਗੱਲ ਕਹਿ ਕੇ ਦੋਨੇ ਪਿਓ ਪੁੱਤਰ ਫਿਰ ਕੰਮ ਦੇ ਵਿੱਚ ਜੁੜ ਗਏ। ਗਰਮੀ ਸੀ ਉਸ ਗਰਮੀ ਦੇ ਕਰਕੇ ਸਰੀਰ ਜਿਹੜਾ ਸੀ ਉਹ ਕੰਮ ਕਰਨੋਂ ਰਹਿ ਗਿਆ ਥੱਕ ਗਏ ਦੋਨੇ ਪਿਓ ਪੁੱਤਰ ਆਣ ਕੇ ਸ਼ਾਮੇ ਬਹਿ ਗਏ ਨੇ ਉਡੀਕ ਕਰਦੇ ਨੇ ਕਿ ਗੁਰੂ ਹਰਗੋਬਿੰਦ ਮਹਾਰਾਜ ਜੀ ਕਦੋਂ ਆਉਣਗੇ ਸਹਿਬ ਦੀ ਉਡੀਕ ਕਰਦੇ ਨੇ ਥੋੜਾ ਆਰਾਮ ਕੀਤਾ ਫਿਰ ਲੱਕੜਾਂ ਵਡਣੀਆਂ ਸ਼ੁਰੂ ਕਰ ਦਿੱਤੀਆਂ ਫਿਰ ਉਡੀਕ ਕਰਦੇ ਨੇ ਅੱਜ ਇਤਨੀ ਗਰਮੀ ਕਹੇ ਕਿ ਉਹਨਾਂ ਦੇ ਬੁੱਲ ਵੀ ਜਿਹੜੇ ਨੇ ਹੁਣ ਮੁਕੰਮਲ ਰੂਪ ਦੇ ਅੰਦਰ ਖੁਸ਼ਕ ਹੋ ਗਏ ਨੇ ਬਿਲਕੁਲ ਸੁੱਕ ਗਏ ਨੇ ਸਰੀਰ ਥੱਕ ਗਿਆ ਕਿ ਹੱਥ ਕੰਬਣ ਲੱਗੇ ਹੁਣ ਹੁਣ ਤੇ ਕੇਵਲ ਆਸ ਹੈ ਕਿ ਸੱਚਾ ਸਤਗੁਰੂ ਛੇਤੀ ਆਵਣ ਤੇ ਆ ਕੇ ਸਾਨੂੰ ਗਰੀਬ ਨਿਵਾਜੀ ਨੂੰ ਨਿਵਾਜ਼ ਦੇਣ ਸੱਚੇ ਸਤਗੁਰ ਗੁਰਦੇਵ ਪਾਤਸ਼ਾਹੀ ਦੇ ਚਰਨ ਕਮਲਾਂ ਦੇ ਅੰਦਰ ਅਰਦਾਸ ਕੀਤੀ ਇੱਥੇ ਸੱਚੇ ਸਤਗੁਰ ਜੀ ਆਰਾਮ ਦੇ ਨਾਲ ਪਲੰਘ ਦੇ ਉੱਤੇ ਲੇਟੇ ਕੋਈ ਨਹੀਂ ਦਾਸ ਉਹਨਾਂ ਨੂੰ ਪੱਖਾ ਚੱਲਦੇ ਪਏ ਨੇ ਇੱਕੋ ਦਮ ਸਾਹਿਬ ਉੱਠੇ ਨੇ ਤੇ ਉੱਠ ਕੇ ਮੇਰੇ ਮਾਲਕ ਜੀ ਨੇ ਭਾਈ ਵਿਦੀ ਚੰਦ ਨੂੰ ਹੁਕਮ ਕੀਤਾ ਕਿ ਵਿਦੀ ਚੰਦ ਛੇਤੀ ਕਰੋ ਘੋੜੇ ਦੇ ਉੱਤੇ ਜੀਨ ਪਵਾਓ ਕਾਠੀ ਪਵਾਓ ਤੇ ਅਸਾਂ ਕਿਤੇ ਜਾਣਾ ਸਹਿਬ ਨੇ ਹੁਕਮ ਕੀਤਾ ਘੋੜਾ ਤਿਆਰ ਹੋਇਆ ਇਧਰ ਭਾਈ ਸਾਧੂ ਜੀ ਦਾ ਮਨ ਡੋਲ ਗਿਆ ਭਾਈ ਸਾਧੂ ਜੀ ਕਹਿੰਦੇ ਨੇ ਪੁੱਤਰਾ ਗੁਰੂ ਪਾਤਸ਼ਾਹ ਜੀ ਬਹੁਤ ਦੂਰ ਰਹਿੰਦੇ ਨੇ ਪਤਾ ਨਹੀਂ ਆਣ ਕੇ ਨਾ ਆਣ ਜਲ ਦੇ ਬਗੈਰ ਸਾਡੇ ਪ੍ਰਾਣ ਨਿਕਲਦੇ ਜਾ ਰਹੇ ਨੇ ਤੇ ਆਪਾਂ ਜਲ ਛਕ ਲਈਏ ਭਾਈ ਰੂਪਾ ਨੇ ਆਖਿਆ ਕਿ ਨਹੀਂ ਪਿਤਾ ਜੀ ਮੈਨੂੰ ਯਕੀਨ ਹੈ ਕਿ ਸੱਚਾ ਸਤਗੁਰੂ ਜ਼ਰੂਰ ਸਾਡੇ ਪਾਸ ਆਉਣਗੇ ਇਹ ਉਮੀਦ ਦੇ ਨਾਲ ਅਸੀਂ ਇੱਥੇ ਬੈਠੇ ਆਂ ਤੇ ਤੁਸੀਂ ਸੱਚ ਜਾਣ ਮੇਰਾ ਮਨ ਕਹਿੰਦਾ ਏ ਕਿ ਗੁਰੂ ਸੱਚਾ ਸਤਗੁਰੂ ਜ਼ਰੂਰ ਆਵੇਗਾ ਉਸ ਵਕਤ ਭਾਈ ਰੂਪਾ ਜੀ ਨੇ ਆਪਣੇ ਪਿਤਾ ਦੇ ਡੋਲਦੇ ਹੋਏ ਮਨ ਨੂੰ ਰੋਕਿਆ ਇਧਰ ਉਹ ਦੀਨदयाल ਕਿਰਪਾ ਦੇ ਘਰ ਮੇਰੇ ਮਾਲਕ ਜੀ ਘੋੜੇ ਦੇ ਉੱਤੇ ਸਵਾਰ ਹੋਏ ਤੇ ਪਲਾਂ ਦੇ ਅੰਦਰ ਮੇਰੇ ਹਜ਼ੂਰ ਜੀ ਨੇ ਮੇਰੇ ਸੱਚਾ ਸਤਗੁਰੂ ਜੀ ਨੇ 30 ਕੋ ਦਾ ਪੈਂਡਾ ਤੈਅ ਕੀਤਾ 30 ਕੋ ਦਾ ਪੈਂਡਾ ਤਿਆਰ ਕਰਕੇ ਤੈਅ ਕਰਕੇ ਮੇਰੇ ਸੱਚਾ ਸਤਗੁਰੂ ਗੁਰਦੇਵ ਮਹਾਰਾਜ ਗੁਰੂ ਅਰਗੁੰਦ ਪਾਤਸ਼ਾਹ ਜੀ ਉਥੇ ਪਹੁੰਚ ਗਏ